ਦੋਸਤੋ, ਅੱਜ ਸਾਡੀ ਮੁਲਾਕਾਤ ਹੋ ਰਹੀ ਹੈ ਡਾਕਟਰ ਕੁਲਦੀਪ ਸਿੰਘ ਜੀ, ਜਿਹੜੇ ਕਿ ਹੱਡੀਆਂ ਦੇ ਮਾਹਰ ਨੇ। ਸੋ ਆਪਾਂ ਇਹਨਾਂ ਨੂੰ ਹੱਡੀਆਂ ਬਾਰੇ ਕੋਈ ਸਵਾਲ ਪੁੱਛਾਂਗੇ, ਜੋ ਹੱਡੀਆਂ ਦੀਆਂ ਸਮੱਸਿਆਵਾਂ। ਸੋ ਸਭ ਤੋਂ ਪਹਿਲਾਂ ਸਰ ਕੁਐਸਚਨ ਆ ਜੀ, ਮਤਲਬ ਕਿ ਹੱਡੀਆਂ ਜਿਹੜੀਆਂ ਇਹ ਸਾਡੇ ਸਰੀਰ ਦਾ ਇੱਕ ਅਹਿਮ ਅੰਗ ਹੈ, ਔਰ ਇਹਦਾ ਕੀ ਮਹੱਤਵ ਹੈ ਸਾਡੇ ਸਰੀਰ ਦੇ ਵਿੱਚ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗਾ ਕਿ ਹੱਡੀਆਂ ਨੂੰ ਅਸੀਂ ਇੱਕ ਵੱਖ ਅੰਗ ਦਾ ਦਰਜਾ ਦਿੰਦੇ ਹਾਂ, ਕਿਉਂਕਿ ਇਹਨਾਂ ਦਾ ਜਿਹੜਾ ਰੋਲ ਹੈ ਬੋਡੀ ਦੇ ਵਿੱਚ, ਉਹ ਇੰਡੀਪੈਂਡੈਂਟ ਰੋਲ ਹੈ। ਔਰ ਅਗਰ ਇਹ ਰੋਲ ਆਪਣਾ ਪੂਰਾ ਨਾ ਅਦਾ ਕਰ ਪਾਉਣ ਤਾਂ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਆ ਸਕਦੀਆਂ, ਜਾਂ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਇਫੈਕਟ ਹੋ ਜਾਂਦੀ ਹੈ। ਇਸ ਕਰਕੇ ਉੱਪਰੋਂ ਇਹਦੇ ਨਾਲ ਨਾਲ ਇਹ ਇੱਕ ਲਾਈਵ ਔਰਗਨ ਹੈ। ਲਾਈਵ ਔਰਗਨ ਦਾ ਮਤਲਬ ਵੀ ਕਿ ਇੱਕ ਜੀਵਿਤ ਅੰਗ ਹੈ ਜਿਹਦੇ ਵਿੱਚ ਆਪਣੀ ਜਾਨ ਹੈ, ਜਿਹੜਾ ਬਿਮਾਰੀ ਦੇ ਨਾਲ ਜਾਂ ਉਮਰ ਦੇ ਨਾਲ ਜਿਹਦੀ ਸਿਹਤ ਵਿੱਚ ਫਰਕ ਪੈਂਦਾ ਹੈ, ਘੱਟਦੀ ਜਾਂ ਵੱਧਦੀ ਹੈ। ਇਸ ਕਰਕੇ ਅਸੀਂ ਇਹਨੂੰ ਵੱਖ ਅੰਗ ਦਾ ਦਰਜਾ ਦੇਵਾਂਗੇ। ਮਹੱਤਤਾ ਤਾਂ ਹੁਣ ਆ ਜਾਈਏ, ਤਾਂ ਮਹੱਤਤਾ ਇੱਦਾਂ ਕਿ ਅਸੀਂ ਅਗਰ ਇਨਸਾਨ ਆਪਣੇ ਪੈਰਾਂ 'ਤੇ ਤੁਰਦੇ ਹਾਂ, ਜਿਵੇਂ ਅਸੀਂ ਜਾਣਦੇ ਹਾਂ ਕਿ ਅਸੀਂ ਲਗਭਗ ਜਾਨਵਰ ਤੋਂ ਹੀ ਇਵੋਲਵ ਹੋਏ ਹਾਂ, ਜਾਨਵਰ ਤੋਂ ਹੀ ਬਣੇ ਹਾਂ, ਅਤੇ ਜਾਨਵਰ ਜ਼ਮੀਨ 'ਤੇ ਪਹਿਲੇ ਚੱਲਦੇ ਸੀ, ਅਸੀਂ ਹੁਣ ਸਿੱਧੇ ਹੋ ਕੇ ਚੱਲਦੇ ਹਾਂ, ਅਤੇ ਉਹ ਹੱਡੀਆਂ ਦੀ ਬਦੌਲਤ ਹੀ ਹੈ। ਅਤੇ ਸਰ ਆਪਾਂ ਅਗਲਾ ਸਵਾਲ ਹੈ ਤੁਹਾਨੂੰ ਕਿ ਹੱਡੀਆਂ ਅਸਲ 'ਚ ਕੀ ਚੀਜ਼ ਹੈ, ਇਹ ਕਾਹਦਾ ਬਣੀਆਂ ਹੁੰਦੀਆਂ? ਹੱਡੀਆਂ ਦੇ ਵਿੱਚ ਦੋ ਮੇਨ ਮਟੀਰੀਅਲਸ ਹੁੰਦੇ ਨੇ। ਇੱਕ ਹੁੰਦਾ ਪ੍ਰੋਟੀਨ ਹੁੰਦਾ, ਜਿਹਦੇ ਸਾਡੀ ਸਾਰੀ ਬੋਡੀ ਬਣੀ ਹੈ, ਅਤੇ ਨਾਲ ਕੈਲਸ਼ੀਅਮ। ਪ੍ਰੋਟੀਨ ਇੱਕ ਜਾਲੇ ਦਾ ਕੰਮ ਕਰਦਾ, ਔਰ ਕੈਲਸ਼ੀਅਮ ਜਿਵੇਂ ਅਸੀਂ ਇੱਕ ਲੈਂਟਰ ਪਾਉਂਦੇ ਹਾਂ, ਉਹਦੇ ਵਿੱਚ ਸੀਮਟ ਦੀ ਲੋੜ ਹੁੰਦੀ ਹੈ, ਬਜਰੀ ਦੀ ਲੋੜ ਹੁੰਦੀ ਹੈ, ਅਤੇ ਕੈਲਸ਼ੀਅਮ ਉਹ ਕੰਮ ਕਰਦਾ। ਇਹਨਾਂ ਦੋਨਾਂ ਦੇ ਦੋਨਾਂ ਨਾਲ ਮਿਲ ਕੇ ਹੀ ਹੱਡੀ ਬਣਦੀ ਹੈ, ਔਰ ਕੈਲਸ਼ੀਅਮ ਲਗਭਗ ਬੋਡੀ ਦਾ 98-99% ਹੱਡੀਆਂ ਦੇ ਵਿੱਚ ਹੁੰਦਾ। ਅਤੇ ਸਰ ਜਿੱਦਾਂ ਬੱਚੇ ਤੋਂ ਲੈ ਕੇ ਆਪਾਂ ਜਵਾਨ ਹੁੰਦੇ ਹਾਂ, ਫਿਰ ਬਜ਼ੁਰਗ ਹੁੰਦੇ ਹਾਂ, ਅਤੇ ਹੱਡੀਆਂ ਮਤਲਬ ਕਿਵੇਂ ਵੱਧਦੀਆਂ ਫਿਰ? ਦੇਖੋ, ਹੱਡੀਆਂ ਦੇ ਵਧਣ ਲਈ ਇੱਕ ਤਾਂ ਇੰਪੋਰਟੈਂਟ ਹੈ ਕਿ ਗਰੋਥ ਹਾਰਮੋਨ ਦੀ ਲੋੜ ਹੁੰਦੀ ਹੈ। ਜਿਵੇਂ ਜਿਵੇਂ ਬੱਚਾ, ਜਿਵੇਂ ਲੜਕੀਆਂ ਦੀ ਹੱਡੀਆਂ ਲਗਭਗ 15 ਸਾਲ ਤੱਕ ਦੀ ਉਮਰ ਤੱਕ ਵੱਧਦੀਆਂ, ਲੜਕਿਆਂ ਦੀ ਹੱਡੀਆਂ ਲਗਭਗ 18-20 ਸਾਲ ਤੱਕ ਦੀ ਉਮਰ ਤੱਕ ਵੱਧਦੀਆਂ ਨੇ। ਇਹਨਾਂ ਦਾ ਜਿਹੜਾ ਰੋ ਮਟੀਰੀਅਲ ਹੈ, ਜਿਹੜੀ ਚੀਜ਼ ਦੀ ਲੋੜ ਇਹਨਾਂ ਨੂੰ ਬਣਾਉਣ ਲਈ, ਉਹ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਹੈਗੀ ਹੈ। ਅਤੇ ਹੱਡੀਆਂ ਦੇ ਐਂਡ ਦੇ ਵਿੱਚ ਇੱਕ ਪਲੇਟ ਹੁੰਦੀ ਹੈ, ਜਿਹਨੂੰ ਅਸੀਂ ਐਪੀਫਿਜ਼ੀਅਲ ਪਲੇਟ ਜਾਂ ਗਰੋਥ ਪਲੇਟ ਕਹਿੰਦੇ ਹਾਂ। ਉਹਦੇ ਵਿੱਚ ਕੈਲਸ਼ੀਅਮ ਡਿਪੋਜ਼ਿਟ ਹੁੰਦਾ ਰਹਿੰਦਾ ਵਿਦ ਉਮਰ ਦੇ ਨਾਲ ਨਾਲ, ਅਤੇ ਉਹ ਅੱਗੇ ਜਿਵੇਂ ਉਹ ਡਿਪੋਜ਼ਿਟ ਹੋ ਜਾਂਦੇ, ਉਹਨਾਂ ਦੀ ਲੰਬਾਈ ਵੱਧਦੀ ਰਹਿੰਦੀ ਹੈ। ਸੋ ਦੋਸਤੋ, ਆਪਾਂ ਹੱਡੀਆਂ ਜਿਹੜੀਆਂ ਸਾਡੇ ਮਨੁੱਖੀ ਸਰੀਰ ਦਾ ਅਹਿਮ ਅੰਗ ਆ, ਔਰ ਇਹਨਾਂ ਦਾ ਕੀ ਇੰਪੋਰਟੈਂਸ ਹੈ ਡਾਕਟਰ ਸਾਹਿਬ ਨੇ ਦੱਸਿਆ, ਆਪਾਂ ਹੁਣ ਇਸ ਵਿਸ਼ੇ 'ਤੇ ਆਉਂਦੇ ਵੀ ਹਰ ਉਮਰ ਦੇ ਜਿਹੜਾ ਵਿੱਚ ਹੱਡੀਆਂ ਦੀ ਆਪਾਂ ਸਾਂਭ ਸੰਭਾਲ ਕਿਵੇਂ ਕਰਨੀ, ਦੇਖਭਾਲ ਕਿਵੇਂ ਕਰਨੀ? ਹਾਂਜੀ, ਜਿਵੇਂ ਮੈਂ ਪਹਿਲੇ ਵੀ ਦੱਸਿਆ ਕਿ ਹੱਡੀ ਇੱਕ ਜਿਵੇਂ ਇੱਕ ਲਾਈਵ ਜਾਂ ਜਿੰਦਾ ਅੰਗ ਹੈਗਾ, ਇਹਦੇ ਹਿਸਾਬ ਨਾਲ, ਇਹਦੀ ਉਮਰ ਦੇ ਹਿਸਾਬ ਨਾਲ, ਜਾਂ ਸਰੀਰ 'ਚ ਕਿਤੇ ਹੋਰ ਕੋਈ ਬਿਮਾਰੀ ਹੋਵੇ, ਜਾਂ ਜਿਵੇਂ ਗਰਭਵਤੀ ਔਰਤਾਂ ਨੇ, ਇਹਨਾਂ ਵਿੱਚ ਹੱਡੀਆਂ ਦੀ ਜ਼ਰੂਰਤਾਂ ਵੱਧ ਜਾਂਦੀਆਂ ਨੇ। ਹੱਡੀਆਂ ਦੀ ਜ਼ਰੂਰਤਾਂ ਦਾ ਮਤਲਬ ਵੀ ਹੱਡੀਆਂ ਨੂੰ ਜ਼ਿਆਦਾ ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਜਿਵੇਂ ਕੋਈ ਗਰੋਥ ਕਰ ਰਹੇ ਬੱਚੇ ਹੁੰਦੇ ਆ ਉਹਨਾਂ ਵਿੱਚ, ਜਾਂ ਕੋਈ ਬਿਮਾਰ ਹੈਗਾ ਇਨਸਾਨ ਜਿਹੜਾ ਬੈੱਡ 'ਤੇ ਪਿਆ ਹੋਇਆ, ਉਹਨਾਂ ਦੀ ਵੀ ਹੱਡੀਆਂ ਨੂੰ ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਗਰਭਵਤੀ ਔਰਤਾਂ ਨੂੰ, ਕਿਉਂਕਿ ਉਹਨਾਂ ਦੇ ਪੇਟ ਵਿੱਚ ਬੱਚਾ ਪਲ ਰਿਹਾ ਹੁੰਦਾ, ਉਸਦੀ ਹੱਡੀਆਂ ਵੀ ਬਣ ਰਹੀਆਂ ਹੁੰਦੀਆਂ, ਤਾਂ ਉਹਨਾਂ ਨੂੰ ਆਮ ਇਨਸਾਨ ਨਾਲੋਂ ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਜਾਂ ਜਿਵੇਂ ਬੱਚੇ ਜਿਹੜੇ ਖੇਡਦੇ ਨੇ, ਉਹਨਾਂ ਨੂੰ ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਹਨਾਂ ਦੀ ਜਿਹੜੀਆਂ ਹੱਡੀਆਂ, ਅਸੀਂ ਇਹ ਨਹੀਂ ਹੈ ਵੀ ਇੱਕ ਤਰ੍ਹਾਂ ਦੀ ਖੁਰਾਕ ਸਾਰੀ ਉਮਰ ਚੱਲਦੀ ਰਹੇਗੀ। ਹੱਡੀਆਂ ਦੀ ਸਿਹਤ ਨੂੰ ਬਣਾਏ ਰੱਖਣ ਲਈ ਉਸ ਵੇਲੇ ਦੀ ਜੋ ਸਰੀਰ ਦੀ ਹਾਲਤ ਹੈ, ਜਾਂ ਉਸ ਵੇਲੇ ਦੀ ਜੋ ਉਹਦੀ ਫਿਜ਼ੀਓਲੋਜੀਕਲ ਪੋਜੀਸ਼ਨ ਹੈ, ਕਹਿੰਦਾ ਮਤਲਬ ਕਿ ਜਾਂ ਤਾਂ ਉਹ ਬੱਚਾ ਗਰੋਥ ਕਰ ਰਿਹਾ, ਭਾਵੇਂ ਉਹ ਬਿਮਾਰੀ ਨਹੀਂ ਹੈ, ਜਾਂ ਬਿਮਾਰੀ ਦੇ ਵਿੱਚ, ਉਸ ਹਿਸਾਬ ਨਾਲ ਸਾਨੂੰ ਕੈਲਸ਼ੀਅਮ ਜ਼ਿਆਦਾ ਦੇਣਾ ਪੈਂਦਾ। ਜਿਵੇਂ ਮਤਲਬ ਫ੍ਰੈਕਚਰ ਹੋ ਗਿਆ, ਫ੍ਰੈਕਚਰ ਦੇ ਵਿੱਚ ਵੀ ਹੱਡੀ ਨੂੰ ਜੋੜਨ ਲਈ ਸਾਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਅਤੇ ਇਹ ਜਿਹੜੀ ਜ਼ਰੂਰਤ ਹੈ ਕੈਲਸ਼ੀਅਮ ਦੀ, ਇਹ ਘੱਟਦੀ ਵੱਧਦੀ ਰਹਿੰਦੀ ਹੈ ਉਮਰ ਦੇ ਨਾਲ ਅਤੇ ਬਿਮਾਰੀ ਦੇ ਨਾਲ।
ਸਰ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਹੱਡੀਆਂ ਦੀ ਗਰੋਥ ਵਧੀਆ ਹੋਵੇ ਇਹਦੇ ਲਈ ਸਾਨੂੰ ਮਨੁੱਖਾਂ ਨੂੰ ਖੁਰਾਕ ਕਿਹੋ ਜਿਹੀ ਖਾਣੀ ਚਾਹੀਦੀ? ਹਾਂਜੀ, ਉਹ ਤੋਂ ਪਹਿਲੇ ਸਭ ਤੋਂ ਬਿਲਕੁਲ ਸਹੀ ਗੱਲ ਹੈ ਇਹਦੇ ਵਿੱਚ ਕੀ ਹੈ ਵੀ ਖੁਰਾਕ ਪਹਿਲੇ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇੱਕ ਅਡਲਟ ਨੂੰ ਜਾਂ ਜਿਹੜਾ ਇਨਸਾਨ ਜਿਹਦੀ ਗਰੋਥ ਪੂਰੀ ਹੋ ਚੁੱਕੀ ਹੈ 20 ਸਾਲ ਤੋਂ ਉੱਪਰ ਲਗਭਗ, ਅਗਰ ਉਹ ਸਡੈਂਟਰੀ ਲਾਈਫ ਸਟਾਈਲ, ਸਡੈਂਟਰੀ ਲਾਈਫ ਸਟਾਈਲ ਦਾ ਮਤਲਬ ਹੈ ਕਿ ਉਹ ਸਿਰਫ ਆਫਿਸ ਵਾਲਾ ਕੰਮ ਕਰਦਾ, ਉਹਨੂੰ ਜ਼ਿਆਦਾ ਦੌੜ ਭੱਜ ਨਹੀਂ ਕਰਨੀ ਜਾਂ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ ਉਹਨੂੰ ਘੱਟ ਤੋਂ ਘੱਟ 1200 ਮਿਲੀਗ੍ਰਾਮ ਉਹਨੂੰ ਕੈਲਸ਼ੀਅਮ ਚਾਹੀਦਾ ਆਪਣੀ ਬੋਡੀ ਦੀ ਰੋਜ਼, ਆਪਣੀ ਨੋਰਮਲ ਐਕਟੀਵਿਟੀਜ਼ ਨੂੰ, ਆਪਣੀ ਬੋਨਸ ਨੂੰ ਹੈਲਦੀ ਰੱਖਣ ਲਈ, ਸਿਹਤਮੰਦ ਰੱਖਣ ਲਈ। ਜੀ ਸਰ, ਹੁਣ ਉਹ 1200 ਮਿਲੀਗ੍ਰਾਮ ਆਏਗਾ ਕਿੱਥੋਂ? ਜੀ, ਉਹ ਆਉਂਦਾ ਹੈ ਬੇਸਿਕਲੀ, ਜ਼ਿਆਦਾ ਜਿਹੜੀ ਇੰਪੋਰਟੈਂਟ ਹੈਗੀ ਹੈ ਖੁਰਾਕ ਉਹ ਹੈਗੀ ਹੈ ਮਿਲਕ ਪ੍ਰੋਡਕਟਸ, ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ, ਪਦਾਰਥ ਹੋ ਗਏ, ਹਰੀਆਂ ਸਬਜ਼ੀਆਂ, ਪੀਲੇ ਫਰੂਟ ਹੋ ਗਏ। ਪਰ ਇੱਕ ਚੀਜ਼ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੀ ਕੈਲਸ਼ੀਅਮ ਪੂਰਾ ਨਹੀਂ ਹੈ। ਜੀ, ਇਹਨਾਂ 'ਚ ਅਗਰ ਇਹਨਾਂ ਨੂੰ ਦੁੱਧ ਨੂੰ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰੀਏ ਤਾਂ ਦੁੱਧ 'ਚ ਕੈਲਸ਼ੀਅਮ ਬਹੁਤ ਜ਼ਿਆਦਾ, ਪਰ ਉਹ ਫਿਰ ਵੀ ਉਹ ਸਾਡੀ ਜ਼ਰੂਰਤਾਂ ਨਹੀਂ ਪੂਰਾ ਕਰਦਾ। ਅੱਜ ਕੱਲ੍ਹ ਦੇ ਲਾਈਫ ਸਟਾਈਲ ਦੇ ਵਿੱਚ ਅਸੀਂ ਦੁੱਧ ਬਹੁਤ ਘੱਟ ਪੀ ਰਹੇ ਹਾਂ, ਸਾਡਾ ਜਿਹੜੀ 1200 ਮਿਲੀਗ੍ਰਾਮ ਵੀ ਜਿਹੜੀ ਕੈਲਸ਼ੀਅਮ ਦੀ ਜਿਹੜੀ ਜ਼ਰੂਰਤ ਹੈ ਸਾਡੀ ਦੁੱਧ ਤੋਂ ਵੀ ਪੂਰੀ ਨਹੀਂ ਹੁੰਦੀ। ਅਗਰ ਅਸੀਂ ਇਹੀ ਲੋੜ ਅਸੀਂ ਸਿਰਫ ਦੁੱਧ ਤੋਂ ਪੂਰੀ ਕਰਨੀ ਹੋਵੇ ਤਾਂ ਸਾਨੂੰ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਲਗਭਗ 2 ਲੀਟਰ ਤੱਕ ਲੈਣੇ ਚਾਹੀਦੇ ਆ। ਅੱਜ ਕੱਲ੍ਹ ਇੱਕ ਘਰ ਦੇ ਵਿੱਚ ਦੁੱਧ ਹੀ, ਸਾਰਾ ਹੀ ਦੁੱਧ 2 ਲੀਟਰ ਆਉਂਦਾ, 2 ਲੀਟਰ ਮਸਾਂ ਲੱਗਦਾ ਜੀ, ਮਸਾਂ ਹੀ ਲੱਗਦਾ। ਅਤੇ ਇਸ ਕਰਕੇ ਲਾਈਫ ਸਟਾਈਲ ਚੇਂਜਿਸ ਹੋਣ ਕਰਕੇ ਪਹਿਲੇ ਜਦੋਂ ਪੇਂਡੂ ਸਮਾਜ 'ਚ ਲੋਕ ਜ਼ਿਆਦਾ ਪਿੰਡਾਂ 'ਚ ਰਹਿੰਦੇ ਸੀ, ਘਰਾਂ 'ਚ ਲਵੇਰਾ ਹੁੰਦਾ ਸੀ ਅਤੇ ਉਦੋਂ ਦੁੱਧ ਹੀ ਮਿਲ ਜਾਂਦਾ ਸੀ, ਲੱਸੀ ਦੀ ਫੋਰਮ 'ਚ ਦਹੀਂ ਜਾਂ ਦੁੱਧ ਉਹਨਾਂ ਪੀ ਲਿਆ, ਉਦੋਂ ਜ਼ਰੂਰਤ ਪੂਰੀ ਹੋ ਜਾਂਦੀ ਸੀ ਬੋਡੀ ਦੀ। ਇਸ ਕਰਕੇ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਅੱਜ ਕੱਲ੍ਹ ਖੁਰਾਕਾਂ ਵਧੀਆ ਹੋ ਗਈਆਂ ਨੇ, ਦੇਖਣ ਨੂੰ ਕਹਿਣ ਦਾ ਮਤਲਬ ਖੁਰਾਕ ਵਧੀਆ ਹੋ ਗਈ ਕਿ ਜੋ ਪਹਿਲੇ ਲੋਕ ਨਹੀਂ ਖਾ ਪਾਉਂਦੇ ਸੀ ਉਹ ਅੱਜ ਕੱਲ੍ਹ ਖਾ ਪੀ ਰਹੇ, ਪਰ ਫਿਰ ਵੀ ਸਰੀਰ ਦੇ ਵਿੱਚ ਬਿਮਾਰੀਆਂ ਦਾ ਜ਼ੋਰ ਚੱਲ ਰਿਹਾ। ਮਤਲਬ ਆਪਾਂ ਕਹਾਂਗੇ ਵੀ ਖੁਰਾਕ ਸਾਡੀ ਪੌਸ਼ਟਿਕ ਨਹੀਂ ਰਹੀ ਬੜੀ। ਹਾਂ, ਪੌਸ਼ਟਿਕ ਨਹੀਂ ਰਹੀ, ਅਤੇ ਉਹਦੇ ਵਿੱਚ ਇਸ ਕਰਕੇ ਅੱਜ ਕੱਲ੍ਹ ਤੁਸੀਂ ਦੇਖੋ ਕਿ ਹਰ ਡਾਕਟਰ ਸਾਹਿਬ ਕਹਿੰਦੇ ਨੇ ਜੀ ਤੁਸੀਂ ਕੈਲਸ਼ੀਅਮ ਲਵੋ ਜੀ, ਉਹ ਕੈਲਸ਼ੀਅਮ ਲੈਣ ਦਾ ਕਾਰਨ ਆ ਕਿ ਜਿਹੜੀ 1200 ਮਿਲੀਗ੍ਰਾਮ ਜਿਹੜੀ ਸਾਡੀ ਮਾਤਰਾ ਪੂਰੀ ਨਹੀਂ ਹੋ ਰਹੀ, ਸਾਨੂੰ ਇਸ ਕਰਕੇ ਕੈਲਸ਼ੀਅਮ ਬਾਹਰੋਂ ਲੈਣਾ ਪੈਂਦਾ। ਸਰ, ਜਿਵੇਂ ਤੁਸੀਂ ਦੁੱਧ ਦਾ ਦੱਸਿਆ ਵੀ ਦੁੱਧ ਬੜਾ ਵੱਡਾ ਜ਼ਖੀਰਾ ਹੈ ਹੱਡੀਆਂ ਵਾਸਤੇ ਜਿਹੜੀ ਖੁਰਾਕ ਪਾਲਣੀ, ਕੀ ਸਾਨੂੰ ਵੈਜ ਦੇ ਨਾਲ ਕੰਮ ਚੱਲ ਸਕਦਾ, ਨੋਨ ਵੈਜ ਵੀ ਜਿਹੜੀਆਂ ਚੀਜ਼ਾਂ, ਮੀਟ ਅੰਡਾ ਵੀ ਖਾਣਾ ਚਾਹੀਦਾ ਇਹਦੇ ਲਈ? ਨਹੀਂ, ਇਹਦੇ ਵਿੱਚ ਕੋਈ ਇੱਡਾ ਨੋਨ ਵੈਜ ਦਾ ਰੋਲ ਨਹੀਂ ਹੈਗਾ। ਦੇਖੋ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਹੱਡੀਆਂ ਨੂੰ ਬਣਾਉਣ ਲਈ ਪ੍ਰੋਟੀਨ ਚਾਹੀਦਾ ਔਰ ਕੈਲਸ਼ੀਅਮ ਚਾਹੀਦਾ। ਕੈਲਸ਼ੀਅਮ ਤੁਹਾਡਾ ਆ ਗਿਆ ਸਬਜ਼ੀਆਂ ਤੋਂ ਆ ਗਿਆ, ਡਰਾਈ ਫਰੂਟਸ ਤੋਂ ਆ ਗਿਆ, ਫਿਰ ਮਿਲਕ ਤੋਂ ਆ ਗਿਆ, ਔਰ ਪ੍ਰੋਟੀਨ ਲਈ ਤੁਸੀਂ ਅਗਰ ਵੈਜ ਸੋਰਸਿਸ ਲੈਣੇ ਆ ਤਾਂ ਪ੍ਰੋਟੀਨ ਲਈ ਵੈਜ ਸੋਰਸਿਸ ਦਾਲਾਂ ਹੋ ਗਈਆਂ ਤੁਹਾਡੀਆਂ ਜੀ, ਅਤੇ ਦਾਲਾਂ ਹੋ ਗਈਆਂ, ਬਾਕੀ ਸੋਇਆਬੀਨ ਹੋ ਗਿਆ, ਸਾਰਾ ਕੁਝ ਅਵੇਲੇਬਲ ਹੈ। ਠੀਕ, ਇੰਨਾ ਜ਼ਰੂਰੀ ਨਹੀਂ ਹੈ ਕਿ ਨੋਨ ਵੈਜ ਹੀ ਚਾਹੀਦਾ। ਠੀਕ ਸਰ। ਸੋ ਸਰ, ਹੁਣ ਆਪਾਂ ਗੱਲ ਕਰਾਂਗੇ ਵੀ ਜਿਹੜੀਆਂ ਸਾਡੀਆਂ ਹੱਡੀਆਂ, ਇਹਨਾਂ ਵਿੱਚ ਨੁਕਸ ਕੀ ਪੈ ਸਕਦੇ ਆ ਜਾਂ ਬਿਮਾਰੀਆਂ ਕਿਹੜੀਆਂ ਹੱਡੀਆਂ ਵਾਲੀਆਂ ਜਿਹੜੇ ਲੱਗਦੀਆਂ ਮਨੁੱਖ ਨੂੰ? ਹਾਂਜੀ, ਹੱਡੀਆਂ ਦੀਆਂ 2-3 ਤਰ੍ਹਾਂ ਦੀਆਂ ਮੇਨ ਬਿਮਾਰੀਆਂ ਨੇ। ਇੱਕ ਤਾਂ ਆਮ ਜਾਣਦੇ ਹਾਂ ਕਿ ਜਿਵੇਂ ਸੱਟ ਲੱਗ ਗਈ ਤਾਂ ਹੱਡੀ ਫ੍ਰੈਕਚਰ ਹੋ ਗਈ ਜੀ, ਇੱਕ ਤਾਂ ਇੱਕ ਹੋ ਗਿਆ, ਉਹ ਫ੍ਰੈਕਚਰ ਦੇ ਹਿਸਾਬ ਨਾਲ ਇਲਾਜ ਹੁੰਦਾ ਵੀ ਕਿਸ ਜਗ੍ਹਾ ਦਾ ਫ੍ਰੈਕਚਰ ਹੈ ਅਤੇ ਕਿੱਦਾਂ ਦਾ ਇਲਾਜ ਚਾਹੀਦਾ, ਉਮਰ ਦੇ ਹਿਸਾਬ ਨਾਲ ਵੀ ਹੁੰਦਾ। ਜੋ ਦੂਜਾ ਹੁੰਦਾ ਹੱਡੀਆਂ ਦਾ ਕਮਜ਼ੋਰ ਹੋ ਜਾਣਾ, ਜਿਵੇਂ ਕਿ ਆਸਟੋਮਲੇਸ਼ੀਆ ਅਤੇ ਰਿਕਟਸ, ਰਿਕਟਸ ਹੁੰਦਾ ਹਮੇਸ਼ਾ ਜਿਹੜੇ ਬੱਚਿਆਂ ਦੀ ਗਰੋਥ ਹੋ ਰਹੀ ਹੁੰਦੀ ਹੈ ਉਹਨਾਂ ਵਿੱਚ ਅਗਰ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਹੋ ਜਾਏ ਅਤੇ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਜਿਹਦੇ ਕਰਕੇ ਬੱਚਿਆਂ ਦੀਆਂ ਅਕਸਰ ਅਸੀਂ ਦੇਖਦੇ ਹਾਂ ਪਿੰਡਾਂ 'ਚ ਜਾਂ ਗਰੀਬ ਘਰਾਂ ਦੇ ਵਿੱਚ ਬੱਚਿਆਂ ਦੀ ਲੱਤਾਂ ਟੇਢੀਆਂ, ਗੋਡਿਆਂ ਟੇਢੀਆਂ ਹੋਣ ਲੱਗ ਪੈਂਦੀਆਂ ਜੀ ਸਰ, ਉਹਨੂੰ ਰਿਕਟਸ ਕਹਿੰਦੇ ਹਾਂ। ਅਗਰ ਇਹੀ ਪ੍ਰੋਬਲਮ ਅਡਲਟਸ ਵਿੱਚ ਹੋਵੇ ਤਾਂ ਉਹਨੂੰ ਅਸੀਂ ਆਸਟੋਮਲੇਸ਼ੀਆ ਕਹਿੰਦੇ ਹਾਂ।
ਅਤੇ ਇੱਕ ਇਹ ਪ੍ਰੋਬਲਮ ਹੋ ਗਈ, ਇਹ ਹੋ ਗਈ ਤੁਹਾਡੀ ਜਿਹੜੀ ਪ੍ਰੋਬਲਮ ਹੈ ਜਿਹੜੀ ਹੱਡੀਆਂ ਦੀ ਨਿਊਟ੍ਰੀਸ਼ਨ ਨਾਲ ਰਿਲੇਟਡ ਹੈ, ਵੀ ਤੁਸੀਂ ਕੁਛ ਵੀ ਚੀਜ਼ ਜਿਹੜੀ ਕਮੀ ਆ ਗਈ ਸਾਡੀ ਖੁਰਾਕ ਕਰਕੇ, ਖੁਰਾਕ ਦੇ ਨਾਲ ਇੱਕ ਫ੍ਰੈਕਚਰ ਹੋ ਗਿਆ, ਬਾਕੀ ਲਾਈਫ ਸਟਾਈਲ ਕਰਕੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਜਿਵੇਂ ਗੋਡੇ ਦੁਖਣੇ ਸ਼ੁਰੂ ਹੋ ਜਾਏ, ਰੀੜ ਦੀ ਹੱਡੀ ਦੀ ਪ੍ਰੋਬਲਮਸ ਹੋ ਗਈਆਂ, ਰੀੜ ਦੀ ਪ੍ਰੋਬਲਮ ਹੋ ਗਈ, ਸਰਵਾਈਕਲ ਹੋ ਗਈ, ਡਿਸਕ ਹੋ ਗਈ, ਇਹ ਸਾਰੀਆਂ ਲਗਭਗ ਹੱਡੀਆਂ ਨਾਲ ਹੀ ਰਿਲੇਟਡ ਪ੍ਰੋਬਲਮਸ ਨੇ। ਅਤੇ ਸਰ ਜਿਹੜੇ ਜਿਹੜੇ ਨੁਕਸ ਹੱਡੀਆਂ ਦੇ ਵਿੱਚ ਪੈਂਦੇ ਆ, ਜਿਵੇਂ ਆਪਾਂ ਕਹਿੰਦੇ ਹਾਂ ਹੱਡੀਆਂ ਟੁੱਟ ਗਈਆਂ ਜਾਂ ਜਿਹੜੇ ਤੁਸੀਂ ਦੱਸਿਆ ਵੀ ਹੱਡੀਆਂ ਵਿੰਗੀਆਂ ਹੋ ਗਈਆਂ, ਸੋ ਇਹਨਾਂ ਦਾ ਇਲਾਜ ਕਿਵੇਂ ਸੰਭਵ ਹੈ ਤੁਹਾਡੀ ਜਿਹੜੀ ਆਪਣੇ ਮੈਡੀਕਲ ਸਾਇੰਸ ਹੈ, ਕੀ ਆਪਾਂ ਦੱਸਦੇ ਹਾਂ ਇਹਦੇ ਵਿੱਚ? ਹਾਂਜੀ ਬਿਲਕੁਲ, ਦੇਖੋ ਬੇਸਿਕਲੀ ਇਹਦਾ ਮਟੀਰੀਅਲ ਜਿਹੜਾ ਹੈਗਾ, ਪਹਿਲੇ ਹੱਡੀ ਜਿਸ ਚੀਜ਼ ਦੀ ਬਣੀ ਹੈ ਜਿਹੜਾ ਇਹਦਾ ਰੋ ਮਟੀਰੀਅਲ ਹੈ, ਕੈਲਸ਼ੀਅਮ ਅਤੇ ਉਹ ਤਾਂ ਪ੍ਰੋਟੀਨ ਤਾਂ ਦੇਣਾ ਹੀ ਪੈਣਾ ਕੁਛ ਵੀ ਕਰਨ ਲਈ, ਕਿਉਂਕਿ ਜਦੋਂ ਕੋਈ ਚੀਜ਼ ਖਰਾਬੀ ਆ ਜਾਂਦੀ ਹੈ, ਜੋ ਜਿਸ ਚੀਜ਼ ਦੀ ਉਹ ਚੀਜ਼ ਬਣੀ ਹੈ ਜਾਂ ਬਣਤਰ ਜਿਹੜੀ ਉਸ 'ਤੇ ਡਿਪੈਂਡ ਕਰਦੀ ਹੈ ਜਾਂ ਜੋ ਉਹਦਾ ਰੋ ਮਟੀਰੀਅਲ, ਉਹ ਤਾਂ ਉਹਨੂੰ ਅਲਟੀਮੇਟਲੀ ਦੇਣਾ ਹੀ ਪੈਣਾ। ਰਿਕਟਸ ਆਸਟੋਮਲੇਸ਼ੀਆ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਅਸੀਂ ਦੇਈਦਾ, ਅਗਰ ਉਹਦੀ ਗਰੋ ਉਹਦੇ ਨਾਲ ਉਹ ਹੱਡੀਆਂ ਟੇਢੀਆਂ ਹੋਣੀਆਂ ਬੰਦ ਹੋਈਆਂ ਤਾਂ ਬਹੁਤ ਵਧੀਆ, ਜਾਂ ਕਈ ਵਾਰ ਕੀ ਹੁੰਦਾ ਕਿ ਹੱਡੀਆਂ ਇੰਨੀਆਂ ਜ਼ਿਆਦਾ ਟੇਢੀਆਂ ਹੋ ਗਈਆਂ ਹੁੰਦੀਆਂ ਵੀ ਕੈਲਸ਼ੀਅਮ ਅਤੇ ਵਿਟਾਮਿਨ ਡੀ ਉਹਨੂੰ ਹੋਰ ਟੇਢੇ ਹੋਣ ਤੋਂ ਰੋਕ ਸਕਦਾ ਜੀ, ਅਤੇ ਅਗਰ ਉਹ ਟੇਢਾਪਣ ਇਸ ਖੁਰਾਕ ਨਾਲ ਇਲਾਜ ਨੂੰ ਨਹੀਂ ਠੀਕ ਹੁੰਦਾ ਤਾਂ ਹੋ ਸਕਦਾ ਕਈ ਵਾਰ ਉਹਨੂੰ ਹੱਡੀ ਨੂੰ ਸਿੱਧਾ ਕਰਨੀ ਓਪਰੇਸ਼ਨ ਵੀ ਕਰਨਾ ਪੈ ਸਕਦਾ। ਔਰ ਫ੍ਰੈਕਚਰ ਦਾ ਮੈਂ ਜਿਵੇਂ ਪਹਿਲੇ ਵੀ ਦੱਸਿਆ ਕਿ ਫ੍ਰੈਕਚਰ ਦਾ ਇਲਾਜ ਫ੍ਰੈਕਚਰ ਦੇ ਹਿਸਾਬ ਨਾਲ, ਉਮਰ ਦੇ ਹਿਸਾਬ ਨਾਲ ਹੁੰਦਾ। ਸੋ ਦੋਸਤੋ, ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਹੜੇ ਹੱਡੀਆਂ ਦੇ ਮਹਾਂ ਡਾਕਟਰ ਆ, ਇਹਨਾਂ ਨੇ ਤੁਹਾਨੂੰ ਹੱਡੀਆਂ ਦੀ ਸਾਂਭ ਸੰਭਾਲ ਔਰ ਇਲਾਜ ਬਾਰੇ ਦੱਸਿਆ। ਆਸ ਕਰਦੇ ਹਾਂ ਵੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੇ ਸਰੀਰ ਦੀ, ਆਪਣੇ ਹੱਡੀਆਂ ਦੀ ਸਾਂਭ ਸੰਭਾਲ ਵਧੀਆ ਤਰੀਕੇ ਨਾਲ ਕਰ ਸਕੋਗੇ। ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।